ਤੇ ਬੜੇ ਬੇਰਹਿਮੀ ਨਾਲ ਇਹ ਕਤਲ ਕੀਤਾ ਗਿਆ ਏ। ਇੱਕ ਨੌਜਵਾਨ ਨੂੰ ਮੌਤ ਦੀ ਘਾਟ ਪਹੁੰਚਾਇਆ ਗਿਆ। ਜਿੰਨਾ ਵੀ ਉਹਦੀ ਨਿੰਦਿਆ ਕੀਤੀ ਜਾਵੇ, ਜਿੰਨਾ ਵੀ ਉਹਦੀ ਸਖਤੀ ਨਾਲ ਉਸ ਚੀਜ਼ ਦੇ ਸ਼ਬਦ ਨਹੀਂ ਗਏ ਮੈਂ ਸਮਝਦਾ ਬੋਲਣ ਨੂੰ ਵੀ, ਜੋ ਜਿਸ ਬੇਰਹਿਮੀ ਨਾਲ ਉਹਨੂੰ ਕੁੱਟਿਆ ਗਿਆ, ਮਾਰਿਆ ਗਿਆ। ਲਗਾਤਾਰ ਮੈਂ ਆਪ ਮੰਤਰੀ ਸਾਡੇ ਆਸ਼ੂ ਜੀ, ਡਾਵਰ ਸਾਹਿਬ ਸਾਡੇ, ਸੰਜੇ ਤਲਵਾਰ MLA ਸਾਹਿਬ ਸਾਡੀ ਸਾਰੀ, ਅਸੀਂ ਲਗਾਤਾਰ, ਕਿਉਂਕਿ ਪਾਰਲੀਮੈਂਟ ਸੈਸ਼ਨ ਜਦੋਂ ਮੈਨੂੰ ਗੱਲ ਪਤਾ ਲੱਗਿਆ ਇਕਦਮ ਉਦਣ 11:30 ਤਕਰੀਬਨ ਪਾਰਲੀਮੈਂਟ ਚੱਲੀ, ਤੇ ਜਦੋਂ ਮੈਂ ਉਦੋਂ ਬਾਅਦ ਬਾਹਰ ਆਇਆ ਪਾਰਲੀਮੈਂਟ ਤੋਂ, ਕਿਉਂਕਿ ਉਦਣ ਹਾਊਸ ਦੇ ਵਿੱਚ ਵੋਟਿੰਗ ਸੀ, ਉਦੋਂ ਬਾਅਦ ਇਕਦਮ ਇਹ ਗੱਲ ਪਤਾ ਲੱਗੀ। ਉਸੇ ਵੇਲੇ ਮੈਂ ਟੈਲੀਫੋਨ ਇਹਨਾਂ ਨਾਲ ਕੀਤੇ ਵੀ ਇਹ ਗੱਲ ਕੀ ਹੋਈ ਹੈ। ਉਸ ਵੇਲੇ ਇਹ ਗੱਲ ਸਾਹਮਣੇ ਆਈ ਤੇ ਉਦੋਂ ਹੀ ਲਗਾਤਾਰ ਪੁਲਿਸ ਕਮਿਸ਼ਨਰ ਨਾਲ, DCP ਸਾਹਿਬ, SP, ACP ਸਾਹਿਬ, ਲਗਾਤਾਰ ਅਸੀਂ ਉਹਨਾਂ ਨਾਲ ਗੱਲ ਕਰਨ ਲੱਗੇ ਹੋਏ ਹਾਂ ਤੇ ਬਹੁਤ ਜਿਹੜਾ ਨੇੜੇ ਤੱਕ ਅਸੀਂ ਪਹੁੰਚੇ ਹਾਂ। ਸਾਨੂੰ ਪੁਲਿਸ ਨੂੰ ਇੱਕ ਇੱਕ ਗੱਲ ਕਿਹਨੇ ਕਿਹਦੀ ਕਿੰਨੀ ਇਨਵੋਲਵਮੈਂਟ ਆ, ਕਾਫੀ ਕੁਛ ਜਿਹੜੀਆਂ ਲੀਡਸ ਨੇ ਉਹ ਮਿਲ ਚੁੱਕੀਆਂ ਏ ਤੇ ਹਰ ਪਾਰਟੀ ਜਿਹੜੀ ਪੁਲਿਸ ਪਾਰਟੀ ਆ ਉਹ ਤਕਰੀਬਨ ਉਹਨਾਂ ਦੇ ਮਗਰ ਲੱਗੀ ਹੋਈ ਆ ਤੇ ਕੁਛ ਸਮੇਂ ਬਾਅਦ ਜਿਹੜੇ ਰਿਜ਼ਲਟ ਨੇ, ਪੋਜ਼ਿਟਿਵ ਰਿਜ਼ਲਟ ਨੇ ਜਿਹੜੇ ਉਹ ਮਿਲਣਗੇ। ਸਰ, ਕਾਂਗਰਸੀ ਪੋਸਟਰ ਦਾ ਗੈਂਗਸਟਰਾਂ ਦੇ ਨਾਲ ਲਿੰਕ ਆ ਰਿਹਾ, ਪਹਿਲੇ ਕਮਰੇ ਬੁੱਕ ਕਰਾਏ ਗਏ, ਫਿਰ ਇਸ ਮਰਡਰ ਨੂੰ ਅੰਜਾਮ ਦਿੱਤਾ ਗਿਆ, ਕਿਵੇਂ ਦੇਖਦੀ ਹੈ ਕਾਂਗਰਸ ਪਾਰਟੀ, ਕਿਉਂਕਿ ਇਹਨੂੰ ਕਾਂਗਰਸ ਤੋਂ ਕੱਢ ਦਿੱਤਾ ਜਾਵੇਗਾ? ਦੇਖੋ, ਇਹ ਗੱਲਾਂ ਤਾਂ ਸਾਰੀਆਂ ਜਦੋਂ ਅਰੈਸਟ ਹੋ ਜਾਣਗੇ, ਜਦੋਂ ਫੜੇ ਜਾਣਗੇ, ਉਦੋਂ ਕਿੰਨਾ ਕਿੰਨਾ ਕਿਹਦਾ ਰੋਲ ਆ ਉਹ ਸਾਰੀਆਂ ਗੱਲਾਂ ਸਪਸ਼ਟ ਹੋ ਜਾਣਗੀਆਂ। ਹਜੇ ਮੋਟੇ ਤੌਰ ਤੇ ਜੋ ਮ੍ਰਿਤਕ ਦੇ ਪਰਿਵਾਰ ਨੇ, ਜਿਹੜੇ ਉਰੇ ਦੇ ਕਾਉਂਸਲਰ, ਉਹਨਾਂ ਦੇ ਬੇਟੇ ਦਾ, ਉਹਨਾਂ ਦਾ FIR ਚ ਨਾਂ ਆ, ਤੁਹਾਨੂੰ ਪਤਾ ਸਾਰਾ, ਇੱਕ ਮਿੰਟ, ਉਹਨਾਂ ਦੀ FIR ਦਰਜ ਉਹਨਾਂ ਤੇ ਨਾਂ ਕੀਤੀ ਹੈ ਤੇ ਉਹਨਾਂ ਦੀ ਭਾਲ ਜਾ ਰਹੀ ਹੈ ਤੇ ਅਸੀਂ ਬੜਾ ਭਰੋਸੇ ਨਾਲ, ਮੈਂ ਕਹਿ ਸਕਦਾ ਨੇੜੇ ਆ, ਤੇ ਉਹਨਾਂ ਨੂੰ ਉਹਨਾਂ ਦੀ ਗ੍ਰਿਫਤਾਰੀ ਹੈ ਜਿਹੜੀ ਉਹ ਪੁਲਿਸ ਦਿਨ ਰਾਤ ਲੱਗੀ ਹੋਈ ਆ, ਕਿਉਂਕਿ ਇਕਦਮ ਉਹ ਨਿਕਲ ਗਏ, ਚਲੇ ਗਏ, ਕਿਉਂਕਿ ਜਿਹੜਾ ਕਰਨ ਵਾਲਾ ਹੁੰਦਾ ਉਹਨੂੰ ਤਾਂ ਪਹਿਲਾਂ ਪਤਾ ਹੁੰਦਾ, ਉਹ ਪਹਿਲਾਂ ਆਪਣੀ ਤਿਆਰੀ ਕਰਕੇ ਭੱਜ ਜਾਂਦਾ ਤੇ ਇਸ ਕਰਕੇ, ਕਿਉਂਕਿ ਅੱਜ ਸਭ ਤੋਂ ਵੱਡਾ ਸਾਡੇ ਲਈ ਇਹ ਵੀ ਹੈ ਵੀ ਉਹ ਅਰੈਸਟ ਹੋ ਜਾਣ ਤੇ ਉਦੋਂ ਬਾਅਦ ਉਹ ਨੌਜਵਾਨ ਦਾ ਸੰਸਕਾਰ ਹੋ ਜਾਵੇ, ਕਿਉਂਕਿ ਸਾਰਾ ਪਰਿਵਾਰ ਬੈਠਾ, ਬੇਟੀਆਂ, ਉਹਨਾਂ ਦੀ ਮਦਰ ਤੇ ਸਾਰੇ, ਅੱਜ ਉਹ ਸਜੇ 2 ਦਿਨ ਤੋਂ ਉੱਤੇ ਹੋ ਗਏ, ਉਸ ਬੇਟੇ ਦਾ ਸੰਸਕਾਰ ਨਹੀਂ ਹੋਇਆ ਤੇ ਸਾਡੇ ਲਈ ਇਹ ਬਹੁਤ ਜ਼ਰੂਰੀ ਗੱਲ ਆ, ਕਿਉਂਕਿ ਉਹਦੀ ਬਾਡੀ ਆ, ਆਖਰੀ ਰਸਮਾਂ ਜਿਹੜੀਆਂ ਹੋਣੀਆਂ ਬੜੀਆਂ ਜ਼ਰੂਰੀ ਆ ਤੇ ਜੋ ਡਿਮਾਂਡ ਆ ਵੀ ਪਹਿਲਾਂ ਇਹ ਜਿਹੜੇ ਕਾਤਲ ਨੇ ਇਹਨਾਂ ਚੋਂ ਫੜਨਾ ਜਿਹੜਾ ਬਹੁਤ ਜ਼ਰੂਰੀ ਆ, ਉਹ ਸਾਡੀ ਜ਼ਿੰਮੇਵਾਰੀ, ਅਸੀਂ ਇਸ ਗੱਲ ਤੇ ਲੱਗੇ ਹੋਏ ਆ। ਤੇ ਜਿਹੜੀ ਇਹ ਗੱਲ ਕਹੀ ਆ, ਜਦੋਂ ਇੱਕ ਆਦਮੀ ਕਤਲ ਦੇ ਕੇਸ ਚ ਆ ਗਿਆ ਤੇ ਮੈਂ ਸਮਝਦਾ ਇਲੈਕਸ਼ਨਾਂ ਲੜਨੀਆਂ ਜਾਂ ਹੋਰ, ਉਹ ਤਾਂ ਗੱਲ ਬੇਮਾਨੀ ਰਹਿ ਜਾਂਦੀ ਆ, ਇਹ ਸਾਡੇ ਕਾਨੂੰਨ ਚ ਕੋਈ ਇਲੈਕਸ਼ਨ, ਨਾ ਕੋਈ ਪਾਰਟੀਆਂ ਟਿਕਟਾਂ ਦਿੰਦੀਆਂ, ਨਾ ਕੋਈ ਪਾਰਟੀਆਂ ਐਸੇ ਬੰਦਿਆਂ ਨੂੰ, ਪਾਰਟੀਆਂ ਨੂੰ ਰੱਖਦੇ ਆ, ਕੋਈ ਵੀ ਇਹ ਗੱਲ ਨਹੀਂ ਕਹੇਗਾ ਵੀ ਐਸਾ ਜਿਹੜਾ ਅਸੀਂ ਗੈਂਗਸਟਰ ਨੂੰ ਖਤਮ ਕਰਨ ਚ ਕੈਪਟਨ ਸਾਹਿਬ ਦੀ ਮੁਹਿੰਮ ਲੱਗੀ ਹੋਈ ਆ, ਜੇ ਕੋਈ ਬੰਦਾ ਜਿਹੜਾ ਵੀ ਕੋਈ ਆ, ਜੇ ਉਹ ਗੈਂਗਸਟਰ ਨਾਲ ਕੋਈ ਤਾਲੁਕ ਆ ਤੇ ਉਹਨੂੰ ਕੋਈ ਵੀ ਕਿਸੇ ਲੈਵਲ ਤੇ ਉਹਨੂੰ ਬਿਲਕੁਲ ਮਾਫ਼ ਨਹੀਂ ਕੀਤਾ ਜਾਏਗਾ ਤੇ ਇਹ ਮੈਂ ਤੁਹਾਨੂੰ 100% ਮੈਂ ਇਸ ਗੱਲ ਦੀ ਸ਼ਿਓਰਿਟੀ ਦਿੰਦਾ। ਚਲੋ, ਤੁਸੀਂ ਕੋਈ ਸਹਾਇਤਾ ਕੀਤੀ ਹੁਣੇ ਪਰਿਵਾਰ ਨੂੰ, ਕੋਈ ਮਾਲੀ ਸਹਾਇਤਾ? ਦੇਖੋ, ਇਹ ਗੱਲਾਂ ਮੈਂ ਸਮਝਦਾ ਮੀਡੀਆ ਚ ਕਰਨ ਵਾਲੀਆਂ ਨਹੀਂ ਗੀਆਂ, ਪਰ ਐਜ਼ ਏ ਮੈਂਬਰ ਪਾਰਲੀਮੈਂਟ, ਸਾਡੀ ਸਰਕਾਰ ਆ, ਸਾਡੀ ਇਹ ਜ਼ਿੰਮੇਵਾਰੀ ਆ ਤੇ ਅਸੀਂ ਉਹ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗੇ। ਇਹ ਨਹੀਂ ਆਪਦੇ ਇੱਕ ਪਰਿਵਾਰ ਆ ਸਾਰਾ ਸਾਡਾ ਤੇ ਉਹ ਪਰਿਵਾਰ ਦੇ ਅੰਗ ਨੇ ਤੇ ਉਸੇ ਪਰਿਵਾਰ ਦੇ ਅੰਗ ਹੋਣ ਨਾਤੇ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਤੇ ਮੈਂ ਸਮਝਦਾ ਪਰਿਵਾਰ ਨੇ, ਦੇਖੋ ਮੈਂ ਸਮਝਦਾ ਇੰਨੀ ਪਰਮਾਤਮਾ ਨੂੰ, ਗੁਰੂ ਨੂੰ ਮੰਨਣ ਵਾਲੇ, ਐਡੀ ਪਰਮਾਤਮਾ ਨੇ ਹਿੰਮਤ ਦਿੱਤੀ ਆ ਵੀ ਇਸ ਦੁੱਖ ਦੀ ਘੜੀ ਚ ਵੀ ਉਹ ਜਿਹੜੀ ਵੀ ਉਹਨਾਂ ਨੇ ਗੱਲ ਕੀਤੀ ਆ ਉਹ ਬਹੁਤ ਹੀ ਮੈਂ ਸਮਝਦਾ ਔਖੀ ਆ ਇਸ ਵੇਲੇ ਕਰਨੀ ਮਾਂ ਲਈ, ਜਿਵੇਂ ਉਹਨਾਂ ਨੇ ਆਪਣੇ ਦਿਲ ਤੇ ਪੱਥਰ ਰੱਖ ਕੇ ਆਪਣੇ ਪਰਿਵਾਰ ਨੂੰ ਸਾਂਭਿਆ ਹੋਇਆ। ਤੇ ਅੱਜ ਸਾਨੂੰ ਇੱਕ ਗੱਲ ਹੋਰ ਵੀ ਆ, ਕਿਉਂਕਿ ਜਿਹੜੇ ਕ੍ਰਿਮੀਨਲ ਜਿੰਨਾ ਚਿਰ ਅਸੀਂ ਫੰਡ ਨਹੀਂ ਲੈਂਦੇ ਤਾਂ ਜਿਹੜੇ ਗਵਾਹ ਨੇ ਉਹਨਾਂ ਦੇ ਬ੍ਰਦਰ, ਮੈਂ ਹੁਣੀ ਕਿਹਾ ਵੀ ਉਹਨੂੰ ਸਿਕਿਉਰਿਟੀ ਦੇਣ ਦਾ ਇੰਤਜ਼ਾਮ ਵੀ ਕੀਤਾ ਜਾਵੇ, ਕਿਉਂਕਿ ਉਹਨਾਂ ਨੂੰ ਸੁਰੱਖਿਅਤ ਰੱਖਣਾ ਉਹ ਵੀ ਸਰਕਾਰ ਦੀ ਜ਼ਿੰਮੇਵਾਰੀ ਆ। ਤੇ ਇਹ ਸਾਰੀਆਂ ਚੀਜ਼ਾਂ ਜਿਹੜੇ ਉਹਨਾਂ ਤੇ ਕੋਈ ਝੂਠੇ ਕੇਸ ਦਰਜ ਹੋਏ ਹੋਏ ਨੇ ਪਹਿਲਾਂ, ਉਹ ਕੇਸ ਦੀ ਵੀ ਖਾਸ ਤੌਰ ਤੇ ਇਨਕੁਆਇਰੀਆਂ ਹੋਣ, ਵੀ ਉਹਨਾਂ ਦੀ ਪੈਰਵਾਈ ਹੋਵੇ, ਉਹਨਾਂ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਤੇ ਕਲਪ੍ਰੇਟਸ ਨੂੰ ਫੜਨਾ ਉਹ ਸਾਡੀ ਜ਼ਿੰਮੇਵਾਰੀ ਆ ਤੇ ਉਹਦੇ ਰਿਜ਼ਲਟ ਨੇ ਜਿਹੜੇ